ਬੱਬੂ ਮਾਨ ਨੂੰ ਇੰਜੋਏ ਕਰ ਰਹੀ ਆਡੀਅੰਸ ਕਿਵੇਂ ਲੱਗੀ ਮੂਵੀ? ਹਾਂਜੀ ਬਹੁਤ ਵਧੀਆ। ਕਿਵੇਂ ਲੱਗਿਆ, ਕੀ ਕੁਝ ਖਾਸ ਰਿਹਾ ਤੇ ਬੱਬੂ ਮਾਨ ਨੂੰ ਦੇਖਿਆ ਕਿਵੇਂ? ਹਾਂਜੀ ਬਹੁਤ ਵਧੀਆ ਲੱਗਿਆ, ਬਹੁਤ ਟਾਈਮ ਬਾਅਦ ਆਈ ਸੀ ਨਾ, ਬਹੁਤ ਵਧੀਆ। ਹਾਂਜੀ ਬਹੁਤ ਸੋਹਣੀ ਮੂਵੀ ਲੱਗੀ। ਬੱਬੂ ਮਾਨ ਨੂੰ ਪਸੰਦ ਕਰਦੇ? ਹਾਂਜੀ ਹਾਂ, ਬੱਬੂ ਮਾਨ ਪਸੰਦ ਕਰਦੇ। ਆਡੀਅੰਸ ਲਗਾਤਾਰ ਬੱਬੂ ਮਾਨ ਦੀ ਮੂਵੀ ਦੇਖ ਕੇ ਆ ਰਹੇ ਹੋ, ਕਿਵੇਂ ਲੱਗਿਆ ਤੁਹਾਨੂੰ ਦੇਖ ਕੇ? ਬਹੁਤ ਵਧੀਆ, ਬਹੁਤ ਵਧੀਆ ਮੂਵੀ ਆ। ਐਕਟਿੰਗ ਐਂਡ ਸਾਰੀ ਫਿਲਮ ਵਧੀਆ, ਹੱਥ ਮੂਵੀ ਆ ਜੀ ਪੂਰੀ। ਹਾਂਜੀ ਬਹੁਤ ਵਧੀਆ ਲੱਗੀ ਜੀ, ਬਹੁਤ ਵਧੀਆ ਲੱਗੀ। ਸੁੱਚਾ ਸੂਰਮਾ ਦੇਖ ਕੇ ਸਾਰੇ ਦੇਖਣ ਬੜੇ ਘੈਂਟ ਆ ਬਾਈ ਦੇ, ਸਿਰਾ ਜੀ ਕਰੀ ਆ ਬਾਈ ਨੇ, ਸਿਰਾ ਬਹੁਤ ਟਾਈਮ ਬਾਅਦ ਕਰੀ ਆ। ਹਾਂ ਬਹੁਤ ਬਹੁਤ ਸੁੱਚਾ ਸੂਰਮਾ, ਬਹੁਤ ਵਧੀਆ, ਚੰਗਾ ਲੱਗਿਆ, ਇੱਕ ਨੰਬਰ, ਬਹੁਤ ਸੋਹਣੀ ਮੂਵੀ। ਬਹੁਤ ਮਾਨ ਸਾਹਿਬ ਜਦੋਂ ਵੀ ਬਣਾਉਂਦੇ ਆ ਬਹੁਤ ਵਧੀਆ ਚੀਜ਼ ਬਣਾਉਂਦੇ ਆ, ਤਾਂ ਕਿ ਲੋਕਾਂ ਨੂੰ ਸੇਧ ਮਿਲੇ ਇਹਦੇ ਵਿੱਚ ਬਹੁਤ ਚੀਜ਼ਾਂ। ਹਾਂ ਬਹੁਤ ਆਪਣੇ ਪੁਰਾਣਾ ਇਤਿਹਾਸ ਹੈ ਜਿਹੜਾ ਲੋਕਾਂ ਨੂੰ ਅੱਜ ਤੱਕ ਪਤਾ ਨਹੀਂ ਗਾ, ਨਵੇਂ ਬੱਚਿਆਂ ਨੂੰ ਉਹਨਾਂ ਨੂੰ ਵਧੀਆ ਮੂਵੀ ਨਾਲ ਵੀ ਜੋੜਿਆ ਜਾ ਸਕਦਾ, ਇਹ ਨਹੀਂ ਹੈਗਾ ਵੀ ਪੜ੍ਹ ਕੇ ਹੀ ਜੋੜੂੰਗਾ ਬੱਚੇ ਨੂੰ, ਇਹ ਜਿਹੜਾ ਦਿਖਾਇਆ ਜਾਂਦਾ ਉਹ ਜ਼ਿਆਦਾ ਦਿਮਾਗ 'ਚ ਪੈਂਦਾ ਬੰਦੇ। ਹਾਂਜੀ ਨਹੀਂ ਬਹੁਤ ਵਧੀਆ, ਬਹੁਤ ਬਹੁਤ ਜ਼ਿਆਦਾ ਵਧੀਆ, ਬਹੁਤ ਜ਼ਿਆਦਾ, ਬਹੁਤ ਸੱਭਿਆਚਾਰਕ ਮੂਵੀ ਹੈ। ਇਹਦੇ ਕਰਕੇ ਵੀ ਜਿਹੜੇ ਸੂਰਮੇ ਹੁੰਦੇ ਆ ਕਦੇ ਨਹੀਂ ਮਰਦੇ, ਉਹ ਜੱਗ 'ਤੇ ਅਮਰ ਹੋ ਜਾਂਦੇ ਹੈ। ਥੈਂਕ ਯੂ ਸੋ ਮਚ ਭਾਜੀ, ਕਿਵੇਂ ਲੱਗੀ ਸੁੱਚਾ ਸੂਰਮਾ? ਬਹੁਤ ਵਧੀਆ, ਬਹੁਤ ਵਧੀਆ ਭਾਈ ਦੇ ਲਈ ਕੀ ਬੱਬੂ ਮਾਨ ਦੇ ਲਈ ਕੀ ਸ਼ਬਦ ਨੇ? ਬੱਬੂ ਮਾਨ ਤੇ ਨੰਬਰ 1, ਬਹੁਤ ਵਧੀਆ। ਥੈਂਕ ਯੂ ਸੋ ਮਚ ਹਾਂਜੀ ਹਾਂਜੀ, ਕਿਵੇਂ ਲੱਗੀ ਸੁੱਚਾ ਸੂਰਮਾ? ਬਹੁਤ ਸੋਹਣੀ ਫਿਲਮ, ਬਹੁਤ ਸੋਹਣੀ ਸੀ। ਹਾਂਜੀ ਹਾਂਜੀ ਬਹੁਤ ਵਧੀਆ ਪੂਰਾ ਜੀ। ਸੋ ਮਚ ਹਾਂਜੀ ਬੱਬੂ ਮਾਨ, ਕਿਵੇਂ ਲੱਗੀ? ਵਧੀਆ ਲੱਗੀ ਜੀ ਫਿਲਮ, ਐਨ ਇੰਜੋਏ ਕੀਤਾ, ਹਾਊਸ ਰੈਕਸ ਫਿਲਮ ਗੁੱਡ ਮੈਨ, ਬਹੁਤ ਵਧੀਆ ਹੈ, ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਪੂਰਾ ਰੋਬ ਹੈ ਬਾਈ ਦਾ, ਪੂਰਾ ਘੈਂਟ ਬਾਈ ਦਾ ਰੋਬ ਹੈ, ਪਰ ਤੁਸੀਂ ਫੈਮਿਲੀ ਨਾਲ ਆਏ ਹੋ, ਇਹ ਬਹੁਤ ਖਾਸ ਹੈ ਕਿਉਂਕਿ ਬਾਈ ਨੂੰ ਦੇਖਣਾ ਆਪਣੇ ਆਪ 'ਚ ਬਹੁਤ ਐਕਸਾਈਟਡ। ਮਤਲਬ ਕਿਹੜੀ ਚੀਜ਼ ਹੈ ਜਿਹੜੀ? ਕੱਟੜ ਫੈਨ ਹੈ ਤਾਂ ਹੀ ਲੈ ਕੇ ਆਇਆ ਇਹਨਾਂ ਨੂੰ ਸਾਨਾਂ ਲਈ ਵਾਰੀ ਪਹਿਲਾਂ, ਬਹੁਤ ਵਧੀਆ ਲੱਗਿਆ ਡਾਇਲੋਗ, ਡਾਇਲੋਗ ਪੂਰੇ ਐਂਡ ਹੈ ਸਾਰੇ ਵਧੀਆ, ਘੈਂਟ ਮੈਂ ਸੋਚਿਆ ਸੀ ਉਨਾ ਹੀ ਮਿਲਿਆ। ਬਿਲਕੁਲ ਜੀ ਬਿਲਕੁਲ। ਸੋ ਸੁੱਚਾ ਸੂਰਮਾ ਕਿਵੇਂ ਦਾ ਲੱਗਿਆ? ਵਧੀਆ ਵਧੀਆ, ਬਹੁਤ ਵਧੀਆ ਬਾਈ ਦੀ ਐਕਟਿੰਗ, ਬਾਈ ਦਾ ਸਵੈਗ, ਸ਼ੁਰੂ ਤੋਂ ਹੀ ਫੈਨ ਹੈ ਜੀ ਉਹਨਾਂ ਦੇ, ਉਹਨਾਂ ਬਾਰੇ ਤਾਂ ਕੋਈ ਇੱਕ ਸ਼ਬਦ ਨਹੀਂ ਆਪਾਂ, ਐਕਟਿੰਗ ਔਰ ਸਾਰੀ ਚੀਜ਼ਾਂ। ਹਾਂਜੀ ਸ਼ੁਰੂ ਤੋਂ ਹੀ ਉਹਨਾਂ ਦਾ ਦਿਲ ਨੂੰ ਛੂਗੀ ਫਿਲਮ ਦੀ, ਬਹੁਤ ਹੀ ਪਿਆਰੀ ਮੈਮ, ਸਾਰੀ ਫਿਲਮ ਵਧੀਆ ਹੈ ਜੀ ਪੂਰੀ ਵਧੀਆ। ਥੈਂਕ ਯੂ ਸੋ ਮਚ ਜੀ। ਸੋ ਸੁੱਚਾ ਸੂਰਮਾ ਦੇਖ ਕੇ ਆ ਰਹੇ ਨੇ, ਕਿਵੇਂ ਰਹੀ ਸੁੱਚਾ ਸੂਰਮਾ? ਬਹੁਤ ਵਧੀਆ ਮੈਮ, ਇੰਜੋਏ ਕੀਤਾ ਪੂਰਾ? ਹਾਂਜੀ ਹਾਂਜੀ, ਬੱਬੂ ਮਾਨ ਬਾਈ ਦੇਖ ਕੇ ਕਿਵੇਂ ਲੱਗਿਆ? ਬਹੁਤ ਵਧੀਆ ਜੀ, ਸਿਰ ਆ ਜਿਹੜਾ ਪਏ ਬਾਈ ਦਾ, ਜਿਹੜਾ ਸਵੈਗ ਹੈ ਬਹੁਤ ਵਧੀਆ, ਪੂਰਾ ਸਿਰ ਆਈ ਹੈ। 5 ਸਾਲ ਬਾਅਦ ਫਿਲਮ ਆਈ ਜੀ, ਇੱਕ ਵਾਰ ਚ ਕਸਰਾਂ ਕੱਢਤੀਆਂ, ਮਨ ਖੁਸ਼ ਹੋ ਗਿਆ ਪੂਰਾ ਹੀ ਐਨ। ਥੈਂਕ ਯੂ ਸੋ ਮਚ, ਥੈਂਕ ਯੂ ਜੀ। ਸੋ ਸੁੱਚਾ ਸੂਰਮਾ ਆਡੀਅੰਸ ਦੇਖ ਰਹੀ, ਹਾਊਜ਼ ਯੂਰ ਐਕਸਪੀਰੀਅੰਸ ਫਰ ਮੂਵੀ? ਬਹੁਤ ਵਧੀਆ, ਮੈਸੇਜ ਗਿਵਿੰਗ ਆ ਮੂਵੀ ਹੈ, ਇਹ 'ਚ ਇੱਕ ਮੈਸੇਜ ਦਿੱਤਾ ਹੈ ਯੂਥ ਦੇ ਲਈ, ਮੈਸੇਜ ਹੈ 'ਚ। ਸੋ ਆਊਟ ਆਫ 5 ਫਰਮ ਯੂਅਰ ਸਾਈਡ, 5 ਅਪ ਟੂ 6। ਥੈਂਕ ਯੂ ਸੋ ਮਚ, ਹਾਂਜੀ ਬਹੁਤ ਸੋਹਣੀ ਫਿਲਮ, ਵਧੀਆ ਲੱਗਿਆ ਮੂਵੀ।
ਮੂਵੀ ਚ ਮਤਲਬ ਦੱਸਿਆ ਗਿਆ ਉਸਤਾਦ ਬੱਬੂ ਮਾਨ ਕਿ ਸੁੱਚਾ ਸੁਰਮਾ ਕਿਆ ਚੀਜ਼ ਹੁੰਦੀ ਹੈ। ਹਾਂਜੀ ਮੈਂ ਵੀ ਇਹਦੇ ਚ ਕੰਮ ਕੀਤਾ, ਹਾਂ ਬਹੁਤ ਸੋਹਣੀ ਫਿਲਮ ਹੈ, ਅਮਿਤ ਔਜਲਾਨ ਨੇ ਵੀ ਵਧੀਆ ਕੰਮ ਕੀਤਾ। ਸ਼ੁਕਰੀਆ। ਹਾਂਜੀ ਫਿਲਮ ਬਹੁਤ ਵਧੀਆ ਜੀ। ਜਿਹੜਾ ਆਪਣਾ ਇਹ ਵਿਆਹ ਹੈ, ਪਵਿੱਤਰ ਰਿਸ਼ਤਾ ਹੈ, ਔਰ ਮੈਂ ਕਹਿੰਦਾ ਵੀ ਇੱਕ ਦੂਜੇ ਕੋਲ ਵਫ਼ਾਦਾਰ ਰਹੋ, ਔਰ ਜੇ ਕੋਈ ਗੱਲਬਾਤ ਹੈ ਤਾਂ ਉਹਨੂੰ ਇੱਕ ਦੂਜੇ ਨੂੰ ਸੌਰੀ ਕਹਿ ਕੇ ਕਰ ਲਓ, ਹੈਂਡਲ ਕਰ ਲਓ। ਥੈਂਕ ਯੂ ਸੋ ਮਚ। ਸੁੱਚਾ ਸੁਰਮਾ ਦੇਖਿਆ, ਬਹੁਤ ਵਧੀਆ ਮੂਵੀ ਹੈ ਜੀ, ਨਾਈਸ ਹੈ ਜੀ, ਬਹੁਤ ਬੱਬੂ ਮਾਨ ਬਾਈ ਜਿੰਦਾਬਾਦ। ਬਹੁਤ ਵਧੀਆ ਲੱਗੀ ਸੱਚਾ ਸੁਰਮਾ। ਕਿਵੇਂ ਲੱਗੀ ਕਹਾਣੀ, ਕਿਵੇਂ, ਕਿਉਂਕਿ ਪੁਰਾਣੀ ਕਹਾਣੀ ਸੀ, ਕਿਵੇਂ ਢਾਲਿਆ ਗਿਆ, ਕਿਵੇਂ? ਕਹਾਣੀ ਬਹੁਤ ਵਧੀਆ ਸੀ, ਬਹੁਤ ਵਧੀਆ ਕਹਾਣੀ ਹੈ, ਕਿ ਸੱਚੀ ਕਹਾਣੀ 'ਤੇ ਆ, ਅਤੇ ਕਹਾਣੀ ਬਹੁਤ ਵਧੀਆ ਲੱਗੀ ਸਾਨੂੰ। ਐਕਟਿੰਗ ਬਹੁਤ ਵਧੀਆ ਸਿਰਾ। ਡਾਇਲੌਗ ਤਾਂ ਹੁਣ ਯਾਦ ਨਹੀਂ ਹੈਗਾ ਇੰਨਾ, ਪਰ ਫਿਲਮ ਬਹੁਤ ਸੋਹਣੀ ਸੀ ਸਾਨੂੰ। ਕਿਰਦਾਰ ਉਹਨਾਂ ਦਾ ਬਹੁਤ ਵਧੀਆ ਲੱਗਿਆ, ਅਤੇ ਉਹਨਾਂ ਦਾ ਤੁਰਨ ਦਾ ਸਟਾਈਲ ਸੀ ਉਹ ਸਭ ਨੂੰ ਵੱਖਰਾ, ਸਾਰਿਆਂ ਨੂੰ ਚੰਗਾ ਲੱਗਾ। ਹਾਂਜੀ ਤੁਰਨ ਦਾ ਸਟਾਈਲ ਸਭ ਨੂੰ ਵੱਖਰਾ, ਸਾਨੂੰ ਸਭ ਨੂੰ ਬਹੁਤ ਵਧੀਆ ਲੱਗਿਆ, ਅਤੇ ਸਾਨੂੰ ਦਿਲ ਨੂੰ ਛੂਹੀ ਮੂਵੀ। ਅਸੀਂ ਲੁਧਿਆਣੇ ਤੋਂ ਦੇਖਿਆ ਆਇਆ, 100 ਕਿਲੋਮੀਟਰ ਤੋਂ ਦੇਖਣ ਆਇਆ ਸੀ। ਬਾਈ ਲਈ ਵਨ ਵਰਡ ਕਹਿਣਾ ਹੋਵੇ, ਬੱਬੂ ਬਾਈ ਲਈ ਵੀ ਸਪੀਚਲੈਸ ਆ, ਹਾਂ ਕੋਈ ਵਰਡ ਨਹੀਂ ਉਹਨਾਂ ਲਈ। ਸਾਡਾ ਪਿੰਡ ਲੁਧਿਆਣਾ ਸ਼ਹਿਰ ਆ ਜੀ, ਸਾਡਾ ਹੁਣ ਜੋਧਾ ਪਿੰਡ ਆ ਸਾਡਾ, ਇਹਨੂੰ ਦੂਰੋਂ ਅਸੀਂ ਦੇਖਣਾ। ਅਸੀਂ ਬਾਈ ਦੇ ਫੈਨ ਆ, ਸਾਡੇ ਪਿੰਡ ਬਾਈ ਨੇ ਇੱਕ ਵਾਰ ਆਏ ਸਾਡੇ ਪਿੰਡ, ਉਹਨਾਂ ਨੇ ਖਾੜਾ ਸੀ ਉਹਨਾਂ 2 ਘੰਟੇ ਦਾ, ਉਦੋਂ ਬਾਅਦ 'ਚ ਅਸੀਂ ਉਹਨਾਂ ਦੇ ਫੈਨ ਹੋ ਗਏ, ਸਾਨੂੰ ਕਦੇ ਨਹੀਂ ਮਿਲੇ। ਅਸੀਂ ਇੱਕ ਵਾਰ ਉਹਨਾਂ ਨੂੰ ਫੋਟੋ ਕਰਾਈ ਆ, ਅਸੀਂ ਉਦੋਂ ਬਾਅਦ ਉਹਨੇ ਸਿੱਧੀ ਫਿਲਮ ਦੇਖਣ ਆਇਆ, ਇੰਨੀ ਦੂਰੋਂ 100 ਕਿਲੋਮੀਟਰ ਤੋਂ ਆਏ। ਸਵੇਰੇ 10 ਵਜੇ ਸ਼ੋਅ ਨਹੀਂ ਪਹਿਲਾਂ ਮਿਲਿਆ, ਅਸੀਂ ਪਹਿਲਾਂ ਸ਼ੋਅ ਬੁੱਕ ਕੀਤਾ 7 ਵਜੇ ਤੁਰੇ ਸਵੇਰੇ। ਹਾਂਜੀ 3 ਮੁੰਡੇ ਆਏ ਸੀ, 1 ਮੁੰਡਾ ਰਹਿ ਗਿਆ, ਉਹ ਹਜੇ ਪਿੱਛੇ ਉਦੋਂ ਆ ਪਹੁੰਚਣੇ, ਅਸੀਂ 2 ਮੁੰਡੇ ਆਏ ਸੀਗੇ। ਲੱਗਦਾ ਵੀ ਪੈਸਾ ਵਸੂਲ ਹੋ ਗਿਆ ਮਨ ਵਿੱਚ। ਹਾਂਜੀ ਹਾਂਜੀ ਹਾਂਜੀ, ਮਨ ਪੈਸਾ ਵਸੂਲ, ਇੰਨੀ ਦੂਰ ਆਉਣ 'ਚ ਖੁਸ਼ੀ ਇੰਨੀ ਆ, ਸਾਨੂੰ ਸ਼ੋਅ ਨਹੀਂ ਮਿਲਿਆ ਆਪਦੇ ਸ਼ਹਿਰ ਦੇ ਵਿੱਚ, ਅਸੀਂ ਇੱਥੇ ਆਇਆ। ਤਾਂ ਖਾਸ ਕਹਿਣਾ ਚਾਹੋਗੇ? ਖਾਸ ਇਹੀ ਆ ਕਿ ਇਹ ਹੋਰ ਪ੍ਰੋਜੈਕਟ ਕਰਦੇ ਰਹੋ, ਇੰਨੇ ਵਧੀਆ ਅੱਗੇ, ਅਸੀਂ ਤੁਹਾਡੇ ਦੇਖਦੇ, ਅਸੀਂ ਤੁਹਾਡੇ ਕੱਟੜ ਫੈਨ ਆ ਤੁਹਾਡੇ, ਅਸੀਂ ਅਸੀਂ ਕੱਟੜ ਫੈਨ ਆ। ਥੈਂਕ ਯੂ ਕਿ ਸੁੱਚਾ ਸੂਰਮਾ ਮੇਰੇ ਨਾਲ ਫੈਨ ਨੇ। ਬੱਬੂ ਮਾਨ ਦੇ ਕੀ ਕੁਝ ਖਾਸ ਰਹਿ ਕੇ ਮੇਰੇ ਮੂਵੀ ਦਾ? ਬਹੁਤ ਵਧੀਆ ਜੀ, ਇੱਕ ਵਾਰੀ ਦੇਖ ਲਈ ਆ, 2 ਵਾਰੀ ਵੇਖਣੀ ਸੀਗੀ। ਅਸੀਂ 15 ਤਰੀਕ ਦੇ ਮਤਲਬ ਕਿ ਵੇਟ ਕਰਦੇ ਪਏ ਸੀਗੇ, ਵੀ ਪਹਿਲਾਂ ਅਸੀਂ ਪੁੱਛ ਕੇ ਗਏ, ਪਹਿਲਾਂ ਅਸੀਂ ਟ੍ਰੇਲਰ ਵੇਖਿਆ, ਅਸੀਂ ਡੇਟ ਨਹੀਂ ਦੇਖੀ ਉਹਦੇ 'ਤੇ ਵੀ ਕਿੰਨੀ ਤਰੀਕ ਨੂੰ ਆਉਣੀ ਆ। ਬਾਅਦ 'ਚ ਅਸੀਂ ਪੁੱਛ ਕੇ ਗਏ, ਕਹਿੰਦੇ 20 ਨੂੰ ਆਉਣੀ ਆ, ਸੁਬਹ ਵਾਲਾ ਸ਼ੋਅ ਟ੍ਰੇਲਰ ਵੇਖਿਆ ਨਾ, ਅਸੀਂ ਉੱਦਣ ਹੀ ਇੱਥੇ ਆ ਗਏ, ਪੁੱਛ ਲਓ ਭਲਾ, ਉੱਦਣ ਹੀ ਮੈਂ ਪੁੱਛ ਕੇ ਗਿਆ, ਬਾਅਦ 'ਚੋਂ ਪਤਾ ਲੱਗਾ ਇੱਥੇ ਆਣ ਕੇ, ਡੇਟ ਬਾਅਦ 'ਚੋਂ ਵੇਖੀ 20 ਤਰੀਕ ਨੂੰ। 10 ਦਿਨ ਪਹਿਲਾਂ ਹੀ ਤੁਸੀਂ ਸਹੀ ਟਾਈਮ 'ਤੇ ਮੋਰਚਾ ਮਾਰਿਆ। ਬਹੁਤ ਸਹੀ ਟਾਈਮ 'ਤੇ। ਬੱਬੂ ਬਾਈ ਲਈ ਕੀ ਕਹੋਗੇ, ਕਿਵੇਂ ਦੇ ਵਿਚਾਰ ਨੇ, ਕਿਵੇਂ, ਕਿਉਂ ਚੰਗੇ ਲੱਗਦੇ ਨੇ ਬਾਈ? ਉਹ ਬੱਬੂ ਮਾਨ ਦੀ ਤਾਂ ਅਸੀਂ ਗੱਲ ਸੁਣੀ, ਅਕਸਰ ਸੁਣੀ ਆ ਕਿ ਉਹ ਕਹਿੰਦੇ ਆ ਗਾਣੇ ਸਾਡੇ ਥੋੜ੍ਹੇ ਲੇਟ ਸਮਝ ਆਉਂਦੇ ਆ, ਅੱਜ ਦੀ ਪਬਲਿਕ ਨੂੰ ਥੋੜ੍ਹਾ ਚੱਕ ਲਓ, ਧਰ ਲਓ, ਮਾਰ ਲਓ, ਆਹ ਕੰਮ ਸਮਝ ਆਉਂਦਾ, ਹੈ ਨਾ? ਉਹਨਾਂ ਦੀ ਜਿਹੜੀ ਸੋਚ ਹੈ ਨਾ, ਸੋਚ ਨੂੰ ਫੋਲੋ ਕਰੋ ਥੋੜ੍ਹਾ ਬਹੁਤ, ਹੈ ਨਾ? ਉਹਨਾਂ ਦੇ ਗਾਣੇ, ਚਲੋ ਹੁਣ ਕਈ ਨਿੱਕੀਆਂ ਕਲਿੱਪਾਂ ਕੋਈ ਹਾਸੀ ਖੇਡੀ ਵਾਲੀ ਕੱਟ ਕੇ ਅਤੇ ਉਹ ਪਾ ਦਿੰਦੇ ਆ ਕਿ ਇਹ ਥੋੜ੍ਹੀ ਲੇਟ ਸਮਝ ਆਊਗੀ, ਉਹ ਗੱਲਾਂ ਛੱਡੋ ਤੁਸੀਂ, ਕੋਈ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਜਿੱਥੇ ਹੁਣ ਇਹ 5 ਉਂਗਲਾਂ ਇੱਕ ਜੈਸੀਆਂ ਨਹੀਂ ਹੋ ਸਕਦੀਆਂ। ਸੁੱਚਾ ਸੁਰਮਾ ਥੀਏਟਰਾਂ 'ਚ ਲੱਗੀ ਵੇਖਣਾ? ਹਾਂਜੀ ਹਾਂਜੀ ਜ਼ਰੂਰ, ਬਹੁਤ ਵਧੀਆ ਫਿਲਮ ਆ ਜੀ, ਸਾਰੇ ਵੇਖਣ ਜ਼ਰੂਰ ਆਇਓ। ਇਹ ਨਹੀਂ ਕਹਿੰਦੇ ਕਿ ਵੇਖਣ ਆਓ ਹੀ ਆਓ ਵੀਰ, ਇਹ ਕਹਿਣਗੇ ਫੈਨ ਕਰਕੇ ਕਹਿੰਦੇ ਆ, ਜਿੰਨੇ ਆਉਣਾ ਉਹਨੇ ਆਪੇ ਆ ਹੀ ਜਾਣਾ। ਸਿਫਤੀ ਇੰਨੀ ਆ। ਅੱਛਾ ਇੱਕ ਇੱਕ ਪਰਸਨੈਲਿਟੀ ਦੀ ਗੱਲ ਹੈ ਜਿਹੜੀ ਬਾਈ ਦੀ, ਉਹ ਕਿਹੜੀ ਆ ਜਿਹੜੀ ਤੁਹਾਨੂੰ ਚੰਗੀ ਲੱਗਦੀ? ਉਹ ਡਾਊਨ ਟੂ ਅਰਥ ਆ, ਸਾਰਿਆਂ ਦੇ ਹੈਲਪਿੰਗ ਬਹੁਤ ਜ਼ਿਆਦਾ ਆ, ਸਾਰੇ ਹੈਲਪ ਕਰਦੇ ਆ, ਉਹਨਾਂ ਦੇ ਪਿੰਡ ਜਾ ਕੇ ਖੜਾ, ਪਿੰਡ ਲਈ ਕੀ ਕੁਝ ਕੀਤਾ ਉਹਦੇ ਲਈ, ਅੜਬ ਪੰਜਾਬੀ ਆ ਬਸ, ਉਹਦਾ ਸੁਭਾਅ ਸਿੱਧਾ ਵਾ, ਕੋਈ ਹੈਗਾ ਨਹੀਂ ਫੁਕਰ ਪੁਣੀ ਵਾਲਾ, ਜੋ ਕੋਈ ਸਮੂਹ ਦੇ ਆ। ਇੱਥੋਂ ਦੀ ਚੰਡੀਗੜ੍ਹ ਦੀ ਗੱਲ ਹੈ, ਉੱਥੇ ਕੋਈ ਆਏ ਸੀ ਆਈਬੀ ਪਾਰਕ 'ਚ ਆਏ ਸੀ, ਉਹ ਫੋਟੋ ਖਿਚਾਉਣ ਗਿਆ ਸੀ ਕੋਈ, ਕਿਉਂਕਿ ਕਹਿੰਦਾ ਮੈਨੂੰ ਇੰਨਾ ਡਰ ਲੱਗਦਾ ਕਿਤੇ ਚਪੇੜ ਹੀ ਨਾ ਮਾਰ ਦੇ ਕਸਮ ਵਾਲੀ ਗੱਲ, ਸੱਚੀ ਗੱਲ ਆ, ਨਾ ਇੱਦਾਂ ਦੇ ਹੈ ਨਹੀਂ ਆ, ਉਹ ਡਰ ਹੀ ਕੋਈ ਆਪਣੇ ਮਨ 'ਚ ਹੀ ਹੋ ਜਾਂਦੀ ਗੱਲ। ਸਾਰਾ ਕੁਝ ਵਧੀਆ ਜੀ, ਇਹਦੇ ਚ ਪੁਰਾਣਾ ਟੱਚ ਬਹੁਤ ਵਧੀਆ ਆਇਆ ਜੀ, ਬੱਬੂ ਮਾਨ ਬਾਈ ਦਾ ਹੋਣਾ ਬਹੁਤ ਵੱਡੀ ਗੱਲ।
ਬਹੁਤ ਵਧੀਆ ਜੀ, ਬਹੁਤ ਐਕਟਿੰਗ ਬਹੁਤ ਵਧੀਆ ਲੱਗੀ ਜੀ ਉਹਨਾਂ ਦੀ। ਹਾਂਜੀ ਬਾਈ ਦਾ ਸਵੈਗ ਆ ਚੰਗਾ ਲੱਗਿਆ, ਆ ਫੁੱਲ ਜੀ ਪੂਰਾ। ਅੱਛਾ ਕੋਈ ਗੀਤ ਹੋਵੇ ਦਿਮਾਗ 'ਚ ਬਾਈ ਦਾ? ਸਾਰੇ ਗੀਤ ਵਧੀਆ ਜੀ ਸਾਰੇ। ਕੋਈ ਗੁਣਗੁਣਾ ਲੈਣਾ ਤੁਹਾਡਾ ਫੇਵਰਟ ਹੈ ਇਸ ਫਿਲਮ ਦਾ ਜੀ? ਕੋਈ ਵੀ, ਕੋਈ ਵੀ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਮਾੜਾ ਗਾ ਦਿਓ ਭਾਈ। ਨਹੀਂ ਗਾ, ਨਹੀਂ।